उधर बठिंडा विखे बस स्टैंड च खड़िया तीन बसों नू अग लगी है। तो दस दिए कि हादसे दे विच बस कंडक्टर की मौत हो गई है। बस च सुता पिया होया सी बस कंडक्टर। दस दिए कि कस्बा भगता भाई की एक घटना दसी जा रही है, बेहद मनभागी खबर है। दस दिए कि बठिंडा विखे बस स्टैंड ते खड़िया तीन बसों नू अचानक अग लगी। हादसे दे विच बस कंडक्टर की मौत हो जाने का समाचार प्राप्त होया। बस च सुता पिया होया सी कंडक्टर। कस्बा भगता भाई की एक घटना दसी जा रही है। सो बठिंडा विखे अचानक बसों नू अग लग गई। तो बस कंडक्टर बस से सुता पिया होया सी, जिसके कारण कंडक्टर की मौत हो गई। कुलबीर वीरा फोन लाइन से मौजूद ने साडे सहयोगी बठिंडा तो जानकारी ले लैने। कुलबीर, आखिर की जानकारी है, किन्ने बजे अग लगन की घटना सामने आई है, तो उस तो बाद हुण अग ते काबू पा लिया गया? जी, ये बठिंडा के भगता भाई का कस्बा जिथे कि बस स्टैंड के जिहड़ियां कि बसां खड़ियां होईयां सन, इन्हां बसां विच तीन बसां जिहड़ियां जिन्हां नूं अग लगी आ, इह न्यू मालवा ट्रांसपोर्ट दीआं जिहड़ियां बसां हन, जिन्हां विच दो वड्डियां बसां ते इक मिनी बस शामिल है। इह वी दस दईए कि एक बस दा जिहड़ा कनैक्टर है उह बस विच सुत्ता होया सीगा, जदों अचानक अग लगी आ तां उसदा वी विच सड़ जाणा, जिहड़ा सड़ के मर जाणा हो पता लग्गिआ। और इह वी दस दईए कि ਇਹ ਬੱਸਾਂ ਜਿਹੜੀਆਂ ਕੁਛ ਦਿਨ ਪਹਿਲਾਂ ਹੀ ਨਵੇਂ ਰੂਟ ਤੇ ਪਾਈਆਂ ਹੋਈਆਂ ਸਨ, ਜਿਹੜਾ ਕਿ ਹਜੇ ਰੂਟ ਮੁਕੰਮਲ ਨਹੀਂ ਹੋਇਆ, ਕਿਉਂਕਿ ਬਠਿੰਡਾ ਤੋਂ ਮੋਗਾ ਤੱਕ ਦਾ ਰੂਟ ਇਹਨਾਂ ਦਾ ਜਿਹੜਾ ਤੈਅ ਹੋਣਾ ਸੀਗਾ, ਲੇਕਿਨ ਹਜੇ ਬਠਿੰਡਾ ਤੋਂ ਭਗਤਾ ਤੱਕ ਹੀ ਇਹ ਚੱਲ ਰਹੀਆਂ ਸਨ। ਜਾਣਕਾਰਾਂ ਨੇ ਦੱਸਿਆ ਕਿ ਹਜੇ ਤੱਕ ਇਹਨਾਂ ਨੂੰ ਬਠਿੰਡਾ ਤੋਂ ਮੋਗਾ ਤੱਕ ਦਾ ਜਿਹੜਾ ਰੂਟ ਉਹ ਤੈਅ ਨਹੀਂ ਹੋਇਆ ਸੀਗਾ, ਜਿਸ ਕਾਰਨ ਇਹ ਰਾਤ ਨੂੰ ਬੱਸਾਂ ਜਿਹੜੀਆਂ ਭਗਤਾ ਭਾਈਕਾ ਦੇ ਬੱਸ ਸਟੈਂਡ ਦੇ ਉੱਤੇ ਖੜੀਆਂ ਕੀਤੀਆਂ ਹੋਈਆਂ ਸਨ। ਲੇਕਿਨ ਬੱਸਾਂ ਦੇ ਜਿਹੜੇ ਮਿੰਨੀ ਬੱਸਾਂ ਦੇ ਪ੍ਰਧਾਨ ਨੇ ਬਲਦੇਵ ਸਿੰਘ ਵਾਂਦਰ ਦਾ ਨਾਲ ਗੱਲ ਹੋਈ, ਉਹਨਾਂ ਦਾ ਕਹਿਣਾ ਕਿ ਇਹ ਬੱਸਾਂ ਜਿਹੜੀਆਂ ਦੋ ਦਿਨ ਪਹਿਲਾਂ ਪਾਈਆਂ ਹੋਈਆਂ ਨੇ, ਹਜੇ ਇੱਕ ਇੱਕ ਇਹਨਾਂ ਨੇ ਰੂਟ ਆਪਣਾ ਜਿਹੜਾ ਚੱਕਰ ਲਾਇਆ ਸੀਗਾ, ਲੇਕਿਨ ਕਿਤੇ ਨਾ ਕਿਤੇ ਇਹ ਬੱਸਾਂ ਜਿਹੜੀਆਂ ਜਲਾਈਆਂ ਗਈਆਂ, ਕਿਸੇ ਸ਼ਰਾਰਤੀ ਅੰਸਰ ਦਾ ਜਿਹੜਾ ਸਾਨੂੰ ਸ਼ੱਕ ਹੈ ਕਿ ਕਿਸੇ ਨੇ ਜਲਾਈਆਂ ਇਹ ਬੱਸਾਂ, ਕਿਉਂਕਿ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜਾ ਕ੍ਰਾਈਮ ਦਾ ਗ੍ਰਾਫ ਜਿਹੜਾ ਉਹ ਵੱਧ ਰਿਹਾ ਹੈ। ਕੁਲਵੀਰ, ਜਿੱਥੇ ਜਾਨੀ ਨੁਕਸਾਨ ਹੋਇਆ ਉੱਥੇ ਹੀ ਮਾਲੀ ਕਿੰਨਾ ਕੁ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ? ਨੁਕਸਾਨ ਇਹ ਬੱਸਾਂ ਦੇ ਕੁਝ ਦੋ ਨਵੀਆਂ ਬੱਸਾਂ ਵੱਡੀਆਂ ਅਤੇ ਇੱਕ ਮਿੰਨੀ ਬੱਸ, ਜੇ ਇਹਨੂੰ ਦੇਖਿਆ ਜਾਵੇ ਤਾਂ ਲੱਖਾਂ ਰੁਪਈਆਂ ਦੇ ਵਿੱਚ ਜਿਹੜਾ ਇਸ ਟਾਈਮ ਘਾਟਾ ਜਿਹੜਾ ਪਿਆ ਉਸ ਬੰਦੇ ਨੂੰ, ਸਿੱਧੂ ਟਰਾਂਸਪੋਰਟ ਦੇ ਨਾਂ ਦੇ ਉੱਪਰ ਵੀ ਇਸਨੂੰ ਮਤਲਬ ਦੇਖਿਆ ਜਾਂਦਾ, ਅਵਤਾਰ ਸਿੰਘ ਸਿੱਧੂ ਨਾਮ ਦੇ ਸ਼ਖਸ ਦੀਆਂ ਇਹ ਬੱਸਾਂ ਨੇ। ਬਾਕੀ ਮੌਕੇ ਤੇ ਜਾ ਕੇ ਹਜੇ ਪਤਾ ਲੱਗੇਗਾ ਕਿ ਕੀ ਕਾਰਨ ਹੋਇਆ। ਠੀਕ ਹੈ ਕੁਲਵੀਰ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਂਝਾ ਕਰਨ ਦੇ ਲਈ। ਸੋ ਦੱਸ ਦਈਏ ਕਿ ਕਸਬਾ ਭਗਤਾ ਭਾਈ ਕਾ ਬੱਸ ਸਟੈਂਡ ਦੀ ਘਟਨਾ ਦੱਸੀ ਜਾ ਰਹੀ ਹੈ। ਅਚਾਨਕ ਬੱਸਾਂ ਨੂੰ ਅੱਗ ਲੱਗੀ ਹੈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਕਿਹਨਾਂ ਦੁਆਰਾ ਲਗਾਈ ਗਈ ਹੈ ਜਾਂ ਅਚਾਨਕ ਲੱਗੀ ਹੈ, ਇਸ ਬਾਰੇ ਹਰੇ ਪੁਸ਼ਟੀ ਨਹੀਂ ਹੋਈ ਹੈ। ਅਤੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਏ ਤਾਂ ਇੱਕ ਬੱਸ ਕੰਡਕਟਰ ਦੀ ਇਸ ਦੌਰਾਨ ਮੌਤ ਜ਼ਰੂਰ ਹੋ ਗਈ ਹੈ, ਕਿਉਂਕਿ ਬੱਸ ਕੰਡਕਟਰ ਬੱਸ 'ਚ ਸੁੱਤਾ ਪਿਆ ਸੀ ਅਤੇ ਅੱਗ ਲੱਗੀ, ਅੱਗ ਲੱਗਣ ਦੇ ਕਾਰਨ ਉਸਦੀ ਮੌਤ ਹੋ ਗਈ। ਸੋ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ, ਬਠਿੰਡਾ ਤੋਂ ਖਬਰ ਹੈ। ਅਤੇ ਹਾਦਸੇ ਦੇ ਵਿੱਚ ਬੱਸ ਕੰਡਕਟਰ ਦੀ ਮੌਤ ਦੀ ਖਬਰ ਮਿਲ ਰਹੀ ਹੈ। ਸੋ ਬਠਿੰਡਾ ਬੱਸ ਸਟੈਂਡ 'ਚ ਖੜੀਆਂ ਤਿੰਨ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਕਿ ਕਿਹਨਾਂ ਕਾਰਨਾਂ ਕਰਕੇ ਅੱਗ ਲੱਗੀ ਹੈ। ਸੋ ਜਿੱਥੇ ਜਾਨੀ ਨੁਕਸਾਨ ਹੋਇਆ ਉੱਥੇ ਮਾਲੀ ਨੁਕਸਾਨ ਵੀ ਹੋਇਆ। ਸੋ ਕਸਬਾ ਭਗਤਾ ਭਾਈਕਾ ਬੱਸ ਸਟੈਂਡ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਹਾਦਸਾ ਵਾਪਰਿਆ। ਸੋ ਦੱਸ ਦਈਏ ਕਿ ਹਾਦਸੇ ਦੇ ਵਿੱਚ ਬੱਸ ਕੰਡਕਟਰ ਦੀ ਮੌਤ ਹੋ ਗਈ ਹੈ। ਬੱਸ ਕੰਡਕਟਰ ਬੱਸ 'ਚ ਸੁੱਤਾ ਪਿਆ ਹੋਇਆ ਸੀ ਜਦੋਂ ਇਹ ਘਟਨਾ ਵਾਪਰੀ ਹੈ। ਸੋ ਦੱਸ ਦਈਏ ਕਿ ਬਠਿੰਡਾ ਬੱਸ ਸਟੈਂਡ 'ਚ ਖੜੀਆਂ ਤਿੰਨ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਵਿੱਚ ਬੱਸ ਕੰਡਕਟਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਬੱਸ 'ਚ ਸੁੱਤਾ ਪਿਆ ਹੋਇਆ ਸੀ ਬੱਸ ਕੰਡਕਟਰ। ਅਤੇ ਕਸਬਾ ਭਗਤਾ ਭਾਈਕਾ ਬੱਸ ਸਟੈਂਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੋ ਬਠਿੰਡੇ 'ਚ ਪੈਂਦਾ। ਅਤੇ ਹਾਦਸੇ ਦੇ ਵਿੱਚ ਮਨਭਾਗੀ ਖਬਰ ਹੈ ਕਿ ਬੱਸ ਕੰਡਕਟਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਸੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ
अग बुझाऊ दस्ते जिहड़े मौके ते पहुंचे ते उस तो बाद अग बुझाउण दी कोशिश की गई। हालांकि अग ते काबू पा लिया गया मुशक्कत तो बाद, लेकिन तस्वीर तुहाड़ी टीवी स्क्रीन ते कि अचानक अग लगी ते उस तो बाद अग बुझाऊ दस्ते मौके ते पहुंचे। फायर ब्रिगेड दी गड्डियां मौके ते पहुंचियां ते अग बुझाउण दे यतना तो बाद मुशक्कत बाद अग ते काबू पाया गया।